ਸਾਰੇ ਜੂ ਥੱਲੋਂ ਇਹਦੇ 25-30 ਪਿੰਡਾਂ ਦੇ ਮੁੰਡੇ ਸਾਡੇ ਕੋਲ ਹੁੰਦੇ ਇੱਥੇ ਠੀਕ ਹੈ ਜੀ ਪਹਿਲੀ ਵਾਰੀ ਸਾਡੀ ਗਰਾਊਂਡ 'ਚ ਮੰਤਰੀ ਇੱਦਾਂ ਆਏ ਜੇ ਤੁਸੀਂ ਜਿੱਦਾਂ ਮਤਲਬ ਆਏ ਜੇ ਕੋਈ ਇੱਥੇ ਕੋਈ ਵੜਿਆ ਨਹੀਂ 15 ਸਾਲ ਹੋ ਗਏ ਜੇ ਕੋਈ ਆਇਆ ਕੱਖ ਨਹੀਂ ਮਿਲਿਆ ਗਰਾਊਂਡ ਨੂੰ ਹਲੇ ਤੱਕ ਠੀਕ ਆ ਜੀ ਇੱਥੇ ਬਸ ਲੱਲੇ ਪੱਪੇ ਹੀ ਆ ਵੀ ਕਿਸੇ ਨੂੰ ਕਿਤੇ ਲੈ ਜਾਓ ਕੁਛ ਨਹੀਂ ਮਿਲਿਆ ਆ ਪਹਿਲੀ ਵਾਰੀ ਚਲੋ ਗਰਾਊਂਡ ਤੁਹਾਡੀ ਮਿਹਰ ਨਾਲ ਤਿਆਰ ਹੋਈ ਅਸੀਂ ਤੁਹਾਡੇ ਪਿੰਡਾਂ ਨੂੰ ਲਾਈਟਾਂ ਦਿੱਤੀਆਂ ਸੀ ਅਤੇ ਲਵਾ ਕੇ ਤਿਆਰ ਕੀਤੀ ਤਾਂ ਦੂਜਾ ਨੰਬਰ ਇਸ ਕਰੀ ਤੁਹਾਨੂੰ ਅੱਧੀ ਜ਼ਬਾਨ ਨੇ ਕਿਹਾ ਤਾਂ ਤੁਸੀਂ ਬੱਚਿਆਂ ਨੂੰ ਫਿੱਟ ਲਿਆ ਕੇ ਦਿੱਤੀ ਜੀ ਇਹ ਅਗਲੋ ਬਹੁਤ ਬਹੁਤ ਤੁਹਾਡਾ ਥੈਂਕ ਯੂ ਇੱਕ ਮੇਰੀ ਤੁਹਾਡੇ ਗਾੜੀ ਭਾਅ ਜੀ ਰਿਕੁਐਸਟ ਆ ਤੁਸੀਂ ਨੈਕਸਟ ਐਰਕਾ ਜਿੱਤ ਜਾਓ ਵਿਨ ਸੀਟ ਹੋ ਜਾਏ ਆਪਣੀ ਤੁਹਾਡੇ ਕੋਲ 200 ਸੀਟ ਦਾ ਮੈਂ ਅਥਲੈਟਿਕ ਦਾ ਵਿੰਗ ਲੈਣਾ ਜੇ ਤੇ ਕੋਚ ਪ੍ਰੋਵਾਈਡ ਕਰਾਉਣੇ ਜੇ 2 ਅਥਲੈਟਿਕ ਦੇ ਪੰਜਾਬ ਪੁਲਿਸ ਦੇ ਇੱਕ ਵਾਲੀਬਾਲ ਦਾ ਤੇ ਇੱਕ ਫੁੱਟਬਾਲ ਦਾ ਮੈਂ 4 ਕੋਚ ਲੈਣੇ ਜੇ ਤੁਹਾਡੇ ਕੋਲ ਬਿਲਕੁਲ ਠੀਕ ਹੈ ਤੇ 500 ਰੁਪਇਆ ਇੱਕ ਜਣੇ ਦੀ ਡਾਇਟ ਹੁੰਦੀ ਆ ਫ੍ਰੀ ਆਲ ਪੰਜਾਬ ਦੇ ਇੱਥੇ ਆਪਾਂ ਟ੍ਰਾਇਲ ਲਿਆ ਕਰਾਂਗੇ ਇਹ ਇੱਕ ਇੰਟਰਨੈਸ਼ਨਲ ਗਰਾਊਂਡ ਬਣਾਉਣੀ ਹੈ ਤੇ ਇਹਦਾ ਸਟੇਡੀਅਮ ਸਾਨੂੰ ਤਿਆਰ ਕਰਾਂਗੇ ਤੇ ਇੱਕ ਨਾ ਮੈਨੂੰ ਬਸ ਕੋਸ਼ਿਸ਼ ਇਹ ਆ ਸਾਡੀ ਐਸਪੀ ਨੇ ਸਾਨੂੰ ਇਸ ਗਰਾਊਂਡ ਵਾਸਤੇ ਪੈਸੇ ਦਵਾਂ ਠੀਕ ਹੈ ਭਾਈ ਪੈਸਾ ਨਾਲ ਵਧੀਆ ਚੱਲੂਗਾ ਭਾਜੀ ਇਸੇ ਮਤਲਬ ਕਲੱਬ ਨੂੰ ਕਿ ਸਾਨੂੰ ਕੰਧਾਂ ਨੂੰ ਮੈਨੂੰ ਇਹ ਗੱਲ ਦੱਸੋ ਪਹਿਲਾਂ ਜੀ ਕਲੱਬ ਨੂੰ ਦੇ ਜੀ ਕਲੱਬ ਨੂੰ ਭਾਜੀ ਰੁਪਈਆ 5 ਲੱਖ ਤੁਹਾਨੂੰ ਕਰੋ ਜੀ 5 ਲੱਖ ਨਾਲ ਸਾਥੀ ਵਧੀਆ ਹਾਂਜੀ ਵਧੀਆ ਮੈਂ ਮੈਨੂੰ ਨਾ ਇੱਥੇ ਵੇਟ ਟ੍ਰੇਨਿੰਗ ਦੀ ਬੱਚਿਆਂ ਦੀ ਬਹੁਤ ਸਮੱਸਿਆ ਆਉਂਦੀ ਹੈ ਜੀ ਸਾਥੀ ਸੀ ਮੁੱਕਦੀ ਗੱਲ ਇਹ ਆ ਐਰਕਾ ਭਾਜੀ ਵੇਖੋ ਮੇਰੀ ਗੱਲ ਸੁਣੋ ਉਸ ਸਟੇਟ ਚ ਬੱਚੇ ਨਾ ਮੈਂ ਬਿਲਕੁਲ ਤਿਆਰ ਕਰਦਾ ਸਦਾ ਪੁੱਛੋ ਮੈਂ ਦਿਨ ਰਾਤ ਇਹਨਾਂ ਮਿਸ ਉਸ ਸਟੇਟ ਮੈਡਲ ਹਲੇ ਤੱਕ ਇਥੋਂ ਪਤਾ ਨਹੀਂ ਇਤਿਹਾਸ ਮੈਂ ਅਤਰ ਪੱਤਰਕਾਰ ਨੂੰ ਕਿਹਾ ਵੀ ਇਥੋਂ ਇਤਿਹਾਸ ਭੁੱਲਣਾ